ਇਹ ਸਰ ਮੈਂ ਤਾਂ 3-4 ਦਿਨ ਦਾ ਚੰਡੀਗੜ੍ਹ ਸੀ ਜੀ, ਅਤੇ ਮੈਨੂੰ ਨਹੀਂ ਸੀ ਪਤਾ ਪਿੱਛੇ ਕੀ ਰੌਲਾ ਰੱਪਾ ਪੈ ਗਿਆ ਮੇਰੇ ਕੋਲ, ਤਾਂ ਕੱਲ੍ਹ ਜਦੋਂ ਨਿਊਜ਼ ਜਾਣ ਲੱਗ ਪਈ ਤੁਹਾਡੇ ਵਰਗੇ ਭਰਾਵਾਂ ਦੇ, ਮੈਂ ਉਹ ਦੇਖੇ, ਫਿਰ ਮੈਨੂੰ ਇਸ ਗੱਲ ਦਾ ਇਲਮ ਹੋਇਆ ਕਿ ਇੱਥੇ ਕੋਈ ਕਾਗਜ਼ਾਂ ਪੱਤਰਾਂ ਦੀ, ਕਹਿੰਦੇ ਮੇਰੇ 'ਤੇ ਐਲੀਗੇਸ਼ਨ ਲਾ ਰਹੇ ਸੀ ਵੀ ਇਹਨਾਂ ਨੇ ਰੱਦ ਕਰਾਤੇ, ਇਹਨਾਂ ਨੇ ਐਂ ਕਰਾਤਾ, ਕੋਈ ਕੈਂਸਲ ਕਰਤੇ, ਮੈਂ ਉਹਦੇ ਵਾਸਤੇ ਅੱਜ ਆਪਦੀ ਸਫਾਈ ਦੇਣ ਵਾਸਤੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਬੁਲਾਇਆ ਕਿ ਜਿੰਨਾ ਚਿਰ ਆਪਾਂ ਦੂਸਰਾ ਵਰਜ਼ਨ ਨਾ ਸੁਣੀਏ ਤੇ ਆਪਾਂ ਨੂੰ ਐਂ ਲੱਗਦਾ ਵੀ ਖਣੀ ਇਹੀ ਸਾਰੇ ਗਲਤ ਆ, ਵੀ ਇਹਨਾਂ ਨੇ ਪਤਾ ਨਹੀਂ ਕੀ ਧਾਂਦਲੀ ਮਚਾਤੀ। ਉਹਦੇ ਵਾਸਤੇ ਮੈਂ ਦੱਸਣਾ ਚਾਹਾਂਗਾ, ਸਭ ਤੋਂ ਪਹਿਲੀ ਗੱਲ ਆ, ਮੈਂ ਪੁਆਇੰਟ ਲਿਖ ਕੇ ਲਿਆਂਦਿਆ ਜੀ, ਸਟਾਰਟ ਕਰੂੰਗਾ ਮੈਂ ਆਪਣਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਤੋਂ। ਇਹਨਾਂ ਨੇ ਮੇਰੇ 'ਤੇ ਐਲੀਗੇਸ਼ਨ ਲਾਏ ਆ ਜੀ ਕਿ ਨਵੇਂ ਨਵੇਂ ਬਣੇ ਹੁਕਮਰਾਨਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਅਤੇ ਇਹਨਾਂ ਨੂੰ ਐਂ ਲੱਗਦਾ ਵੀ ਸਾਰੀ ਉਮਰ ਸਾਡੇ ਕੋਲ ਪਾਵਰ ਰਹੂਗੀ, ਪਰ ਇਹ ਅਕਬਰ ਹੋਰਾਂ ਕੋਲ ਨਹੀਂ ਰਹੀ ਅਤੇ ਤੁਹਾਡੇ ਕੋਲ ਵੀ ਨਹੀਂ ਰਹਿਣੀ। ਪਹਿਲੀ ਗੱਲ ਤਾਂ ਮੈਂ ਬਾਦਲ ਸਾਹਿਬ ਨੂੰ ਦੱਸਣਾ ਚਾਹਾਂਗਾ ਜੀ ਕਿ ਬਾਦਲ ਸਾਹਿਬ, ਤੁਸੀਂ ਲੈਂਡਿੰਗ 1995 'ਚ ਕੀਤੀ ਸੀ ਸਿਆਸਤ ਦੇ ਵਿੱਚ, ਬਾਈ ਇਲੈਕਸ਼ਨ ਦੇ ਵਿੱਚ, ਔਰ ਮੇਰੇ ਘਰ ਤੋਂ ਬੈਠ ਕੇ ਹੀ ਤੁਸੀਂ ਇਲੈਕਸ਼ਨ ਲੜਿਆ ਸੀ। ਅਸੀਂ ਤੁਹਾਡੇ ਨਾਲ ਹੀ ਰਹੇ ਹਾਂ ਜੀ 2010 ਤੱਕ, ਅਤੇ 1999 ਦੇ ਵਿੱਚ ਮੈਂ ਸਟਾਰਟ ਕੀਤਾ ਸੀ, ਥੋਥੋਂ 6 ਸਾਲ ਪਹਿਲਾਂ ਸਿਆਸਤ ਦੇ ਵਿੱਚ ਮੈਂ ਆ ਗਿਆ ਸੀ। ਤੁਹਾਨੂੰ 30 ਸਾਲ ਹੋਏ ਆ ਸਿਆਸਤ ਦੇ ਵਿੱਚ, 29 ਹੋਏ ਆ, ਜੇ 30 ਵੀ ਨਹੀਂ ਹੋਏ, ਅਤੇ ਮੈਨੂੰ 38 ਸਾਲ ਹੋ ਗਏ ਜੀ ਬਾਦਲ ਪਰਿਵਾਰ ਦੇ ਨਾਲ ਫਿਰਦੇ ਨੂੰ, ਅਕਾਲੀ ਦਲ ਦੀ ਸਿਆਸਤ ਦੇ ਵਿੱਚ ਮੈਂ ਹੁਣ ਛੱਡੀ ਆ। ਇਸ ਕਰਕੇ ਜਿਹੜੀ ਹੁਕਮਰਾਨਾਂ ਦੀ ਇਹ ਗੱਲ ਆ, ਤੁਸੀਂ ਇਹ ਨਾ ਮੈਨੂੰ ਸਮਝਾਓ, ਮੈਂ ਉਦੋਂ ਦਾ ਤੁਹਾਡੇ ਨਾਲ ਹੀ ਰਿਹਾ ਅਤੇ ਸਾਰੀਆਂ ਅਸੀਂ ਪਾਵਰਾਂ ਦੇਖੀਆਂ ਵੀ ਆ, ਐਸੀ ਕੋਈ ਗੱਲ ਨਹੀਂ ਵੀ ਮੇਰੇ ਕੋਲ ਹੁਣ ਨਵੀਂ ਨਵੀਂ ਆਈ ਆ। ਪਹਿਲੀ ਗੱਲ। ਦੂਜੀ ਗੱਲ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦਾ ਬਾਦਲ ਸਾਹਿਬ, ਕਿ ਇੱਕ ਤੁਹਾਡੇ ਵੇਲੇ ਬੜੀ ਕਹਾਵਤ ਆਪਣਾ ਮਸ਼ਹੂਰ ਹੋਈ ਸੀ ਕਿ ਘੋੜੀ ਤੋਂ ਡਿੱਗੇ ਦੀ ਵੀ 307 ਬਣ ਜਾਂਦੀ ਸੀ। ਗਿੱਦੜਵੇ ਪਿੰਡ ਦੇ ਵਿੱਚ, ਸ਼ਾਇਦ ਰਾਜੂ ਜੀ ਤੁਸੀਂ ਜਾਣਦੇ ਹੋ, ਇੱਕ ਸੱਜਣ ਘੋੜੀ ਤੋਂ ਡਿੱਗ ਪਿਆ ਸੀ ਅਤੇ ਉਹਦੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ 307 ਲਾਤੀ ਸੀ ਉਹਦੇ 'ਤੇ। ਦੂਜੀ ਗੱਲ ਜੀ, ਇੱਕ ਕਹਾਵਤ ਹੋਰ ਬੜੀ ਆਪਣਾ ਮਸ਼ਹੂਰ ਹੋਈ ਸੀ, ਝੋਲੇ ਜੀ ਤੇਰੇ ਕਾਗਜ਼ ਰਿਜੈਕਟ ਆ। ਤੁਸੀਂ ਤਾਂ ਕਦੇ ਕਿਸੇ ਨੂੰ ਕਾਗਜ਼ ਕੱਢਣੇ ਹੀ ਨਹੀਂ ਦਿੱਤੇ ਸੀ, ਵਿੱਚ ਹੀ ਰਿਜੈਕਟ ਕਰ ਦਿੰਦੇ ਸੀ। ਅਸੀਂ ਉਹ ਕੁਛ ਤਾਂ ਕੁਛ ਨਹੀਂ ਕੀਤਾ, ਉਹ ਕੁਛ ਕੀ ਅਸੀਂ ਕੀਤਾ ਹੀ ਕੁਛ ਨਹੀਂ, ਇਹ ਵੀ ਤੁਹਾਨੂੰ ਮੈਂ ਦੱਸੂੰਗਾ, ਸਾਰੇ ਸਬੂਤ ਦੇਊਂਗਾ ਵੀ ਅਸੀਂ ਨਹੀਂ ਕੁਛ ਕੀਤਾ। ਸੋ ਬਾਦਲ ਸਾਹਿਬ, ਸਾਰਾ ਆਪਣਾ ਗਿੱਦੜਵਾ ਹਲਕਾ ਜਾਣਦਾ, ਤੁਸੀਂ ਇੱਥੇ ਕੀ ਕਰਕੇ ਗਏ ਹੋ ਅਤੇ ਤੁਸੀਂ ਬਠਿੰਡੇ ਜਾ ਕੇ ਕੀ ਕੀਤਾ? ਇਸ ਕਰਕੇ ਕਾਇੰਡਲੀ ਤੁਸੀਂ ਹਾਂ ਚੀਜ਼ ਮੈਨੂੰ ਨਾ ਦੱਸੋ ਵੀ ਤੁਹਾਡੇ ਕੋਲ ਨਵੀਂ ਨਵੀਂ ਪਾਵਰ ਆਈ ਆ। ਇਹ ਤੁਸੀਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਲਓ, ਉਹ ਸਾਹਮਣੇ ਆਜੂਗੀ ਵੀ ਕੀ ਤੁਸੀਂ ਕੀਤਾ ਅਤੇ ਕੀ ਅਸੀਂ ਕੀਤਾ। ਅਗਲੀ ਗੱਲ ਜੇ ਮੈਂ ਕਰਾਂ, ਹੁਣ ਵੜਿੰਗ ਸਾਹਿਬ ਦੀ ਮੈਂ ਗੱਲ ਕਰਦਾ। ਵੜਿੰਗ ਸਾਹਿਬ ਨੇ ਨਾਂ ਨਹੀਂ ਲਿਆ, ਕਹਿੰਦੇ ਜੀ ਤਿਤਲੀਆਂ ਮੇਰੇ ਮੁਕਾਬਲੇ ਦੇ, ਵਾਕਈ ਮੈਂ ਉਹਦੇ ਮੁਕਾਬਲੇ 'ਚ ਨਹੀਂ ਗਿਆ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਆ ਅਤੇ ਮੇਰੇ ਕੋਲ ਕੋਈ ਰੁਤਬਾ ਨਹੀਂ, ਮੇਰੇ ਕੋਲ ਕੋਈ ਅਹੁਦਾ ਨਹੀਂ, ਮੈਂ ਤਾਂ ਇੱਕ ਨਿਮਾਣਾ ਜਾਂ ਆਮ ਆਦਮੀ ਦਾ ਪਾਰਟੀ ਦਾ ਆਮ ਇੱਕ ਛੋਟਾ ਜਿਹਾ ਵਰਕਰ ਹਾਂ, ਹਜੇ ਤੱਕ ਤਾਂ ਮੈਂ ਵਰਕਰ ਹੀ ਹਾਂ। ਕੱਲ੍ਹ ਨੂੰ ਪਰਮਾਤਮਾ ਨੇ ਕਿਰਪਾ ਕਰਤੀ ਤਾਂ ਸ਼ਾਇਦ ਕੋਈ ਮਾੜੀ ਮੋਟੀ ਮੇਰੇ ਵੀ ਮੋਹਰ ਲੱਗ ਜੇ। ਅਗਲੀ ਗੱਲ, ਝਾੜੂ ਪਾਰਟੀ ਦੇ ਅਹਿਲਕਾਰ, ਇਸ ਗੱਲ ਦਾ ਮੈਂ ਜਵਾਬ ਆਪਣਾ ਜ਼ਰੂਰ ਦੇਊਂਗਾ ਕਿ ਹੁਣ ਤੱਕ ਦੇਖੋ, ਜਿਹੜੇ ਹੁਣ ਤੱਕ ਦੇ ਝਾੜੂ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਸੀ ਨਾ, ਉਹ ਇਹਨਾਂ ਤੋਂ ਡਰਦੇ ਸੀ। ਅਸਲ ਜਿਹੜੀ ਕਹਾਣੀ, ਇਹਨਾਂ ਤੋਂ ਡਰਦੇ ਮਾਰੇ ਕੋਈ ਐਕਸ਼ਨ ਨਹੀਂ ਲੈਂਦੇ ਸੀ, ਜਿਵੇਂ ਇਹ ਕਹਿੰਦੇ ਸੀ ਉਹ ਉਵੇਂ ਉਵੇਂ ਚੱਲਦੇ ਸੀ। ਮੈਂ ਥੋੜ੍ਹਾ ਜਿਹਾ ਇਹਨਾਂ ਦੇ ਅਗੇਂਸਟ ਹੋ ਗਿਆ। ਇਹ ਕੌਣੀ ਪਿੰਡ 'ਚ ਸਾਡਾ ਇੱਕ ਸਰਪੰਚ ਠਾਇਆ ਸੀ, ਇਹ ਮੇਰਾ ਕਹਿਣਾ ਨਹੀਂ ਬਣਦਾ ਸੀ, ਪਰ ਮੈਨੂੰ ਹੁਣ ਇਹਨਾਂ ਦੀ ਗੱਲ ਦਾ ਜਵਾਬ ਦੇਣ ਵਾਸਤੇ ਮਜਬੂਰ ਹੋਣਾ ਪਿਆ। ਕੌਣੀ ਪਿੰਡ ਦੇ ਵਿੱਚ ਸੁਖਜਿੰਦਰ ਕੌਣੀ ਨੇ ਰਲ ਕੇ ਇੱਕ ਸਰਪੰਚ ਠਾਇਆ ਸੀ ਅਤੇ ਉਹਦੇ ਨਾਲ ਹੀ ਸ਼੍ਰੀ ਨਿੰਦਰ ਜੀ ਖੜ੍ਹੇ ਆ। ਇਹ ਪਹਿਲਾਂ ਕੌਣੀ ਸਾਹਿਬ ਉਹਦਾ ਮੂੰਹ ਜੂਠਾ ਕਰਾ ਰਹੇ ਆ ਅਤੇ ਆ ਨਿੰਦਰ ਕੌਣੀ ਜੀ, ਮਤਲਬ ਕਿ ਰਲ ਮਿਲ ਕੇ ਇਹ ਗੇਮ ਖੇਡ ਰਹੇ ਸੀ, ਜਿਹੜੀ ਹੁਣ ਇਹਨਾਂ ਦੀ ਬੰਦ ਹੋ ਗਈ। ਇਹ ਇਹਨਾਂ ਨੇ ਸੁਖਜਿੰਦਰ ਕੌਣੀ ਦੇ ਖੁਦ ਆਪਦੇ ਵਾਰਡ ਦੇ ਵਿੱਚ ਇਹਨਾਂ ਨੇ ਕਾਂਗਰਸ ਦਾ MC ਬਣਾਤਾ ਸੀ ਅਤੇ ਆਪਦੇ ਮੈਂਬਰ ਨੂੰ, ਆ ਸਰਦਾਰ ਦਰਸ਼ਨ ਸਿੰਘ ਨਾਲ ਖੜ੍ਹੇ ਆ, ਇਹਨਾਂ ਨੂੰ ਕਹਿੰਦੇ ਵੀ ਤੁਸੀਂ 3 ਸਾਲ ਬਾਅਦ 'ਚ ਮੈਂਬਰੀ ਕਰ ਲਿਓ। ਵੀ ਸਰਕਾਰ ਆਪਣੀ ਹੋਵੇ ਅਤੇ ਕਾਂਗਰਸ ਪਾਰਟੀ ਦਾ ਤੁਸੀਂ ਮੈਂਬਰ ਬਣਾਈ ਜਾਂਦੇ ਹੋ, ਇਹ
मतलब कि मैनू को गल जची नहीं, इस करके इन्हां दी अखां दे विच मैं चुभन लग पिया सारे कांग्रसियां दे वी साडी बणी बणाई खेड आ के डिंपी ने खराब करती। देखो मैं मान साहब दे सरदार भगवंत सिंह जी मान साहब दे हाजरी दे विच एक कसम खाधी सी कि जिन्ना चिर रहूँगा तुहाडे नाल पार्टी का वफादार बन के तुहाडा वफादार बन के रहूँगा ते उदू बाद मैं सियासत छड के आपदे घरे बह जूँगा। हुण जिहड़ी ताज जिंदगी आ तुहाडे नाल निभाउणी आ, आम आदमी पार्टी दे नाल निभाउणी आ, इह मैं गल कह के। और एक गल तुहानूं मैं होर दस दिंदा, ये चलाकियां मैनू नहीं आउंदियां वी नाले उधर हथ मिला लो नाले उधर हथ मिला लो, विच विचाले वाला रस्ता तुसीं चलाई चलो, इहदे झंडे थले आ जाओ ते जां फिर तुसीं मेरे विरोधी हो, दो ही गल्लां। मुर्दाबाद करी जांदे आ, सानूं कही जांदे आ जी इन्हां ने आके कब्जा कर लिया, गंद हो गए। असीं गंद तां भाई जी आपे ही हो गए जदों असीं गंद साफ करन लग पए विच्चों, तुसीं कांग्रेसी वड़े वे सी असीं कढ़ते ते फिर असीं गंद साफ कर रहे आ। इस करके साडे ते इह एलीगेशन लग रहे आ। और कांग्रेस पार्टी वाले आख रहे भी डीसी साहब तो एस डी एम साहब वास्ते चप्पल तैयार कर लो, जो आ गए आपां चप्पल मारनिया, माइक दे विच ये गल कह रहे। तुसी देखो ये रिस्पैक्ट दे रहे आ अफसर साहबाना नूं, डिग्गी खोते तो गुस्सा घमियारते वाली गल आ। अज देखो ये तो हो गई जी ये गल्लां, कोई गल नहीं जी कोई गल नहीं, अपने कोल होर हैगा हूँ थोड़ा मैं ये दस। कोई सरपंच पंच इन्हों का एक गल आके मैं दस दे, किसी जवाब मिले हो भी साड़ी एन ओ सी नहीं सानू दिती, किसी ने हरेक को एन ओ सी सी, किसी चुल्हे टैक्स तो जवाब देता हो, चाहे कोई मैंबर बनया चाहे कोई सरपंची के कागज भरया, हरेक न मिले साड़िया हदायत सी पार्टी दी, इवें किसी जवाब नहीं देना। अगली गल इन्हां वेले मैं नाल दी नाल क्लीयर करदा वां, किसी बंदे नूं एन ओ सी नहीं दिता, किसी बंदे नूं इन्होंने चुल्हा टैक्स नहीं दिता। एक गुरजिंदर सिंह नाम का बी डी ओ सी, गुरजिंदर सिंह नाम का, मैं नाम लैके कहना तुसीं प्रेस वाले भरा बैठे हो उन्हूं टैलीफोन करके ये पुछ लियो कि काका तू किसी नूं एन ओ सी या किसी नूं चुल्हे टैक्स की पर्ची कट्टी सी, वो थोड़े कोल सारी गल क्लीयर हो जू। अगली गल पांच सत्त पिंडां दे कांग्रसी मेरे कोल आए सी, जे ज़्यादा गल हुई मैं ना भी लै दूँगा उन्हों का, अज तक तो सिर्फ यही दसदा जिहड़े मैनूं कह के गए सी कि भाई जी साडी मजबूरी आ, कागज़ सानूं भरने पैणे आ ते नाल ही असीं आपदे वापस लैके जावांगे कागज, असीं नहीं लड़दे, असीं चाहुंदे वी साडा विकास होवे, साडे पिंड दा बहुत माड़ा हाल आ, तुसीं आपदा सरपंच बना लिओ। मैं तां उन्हां नूं कुछ नहीं कहा सी, ओह आप आ के मैनूं मिल के गए सी। मैं कहा वी ठीक आ वी तुसी वापस लेना थोड़ी इच्छा, और वो आपदी खुद मर्जी ना वापस लेके गए ना कि असी वापस किए नंबर दे। हुण तुसी ये देखो सारा एलीगेशन चक के मेरे सिर ते भनता, अठ दस पिंडां दे विच तां सर्वसम्मति हो गई, हुण जिवें अपना कोठे सुरगापुरी हो गई, कोठे बरड़ियाले, रखाला, अमनगढ़, कोठे दशमेश नगर, ऐ अठ दस पिंडां दे विच सर्वसम्मति हो गई, तुसी जाके उन्हां नूं पुछ सकते हो जिहदे साडी कोई इंटरफेरेंस ही है नहीं, उन्होंने आप ही करके आपदी आप ही सारा कुछ कर लिया, साडा उहदे च कोई लल्ला खाखा नहीं। हुण यह सारा कुछ थोनों मैं तां दस्या भी असी किसे नूं नहीं रोकिया, सारे ने कागज भरे। हाँ एक काम मैं जरूर किया, अज मैं ओपनली कहना, जिहदे पहला कागज रिजैक्ट हो गए सी ये मैं जरूर सारे बहाल कराए आ। मैं कहा जी किसे दे कागज आपां रिजैक्ट नहीं करने, सारे दे सारे बंदियां नूं हक आ, जिहदे कागज कोई 19-21 कोई उन्हां च कसर आ वह कढ के तुसीं ठीक करके मतलब कि दुबारे बहाल करो, उन्होंने करते तुसीं वह लिस्ट भी दे। ये रौला पा रहे आ भी कागज़ साढ़े इन्हां ने रिजैक्ट कराते, वो भलिओ लोको मैं तो रिजैक्ट कराए वे कागज़ पास कराए आ, मैं रिजैक्ट क्यों कराऊंगा। असल कहानी थोड़ा मैं दसदा भी होया की आ, ये जिहड़े कागज़ कह रहे ना असी जी रिजैक्ट करते, एक्चुअल दे विच वो रिजैक्ट नहीं हुए, एक्चुअल दे विच उन्होंने वापस ले आ कागज, सिंबल दो लाट कीते कागजां दी, मेरी मेरी कागजां दी हजे अक्सर हुंदा सिंबल दो लाट हो जांदे, उदों बाद कैंसर वाला ते मैनूं लगदा कुछ बनदा ही नहीं। सिंबल मेरी बेनती सुनो सर, सिंबल किसी नूं कोई अलॉट नहीं कीता सी, सिर्फ जवानी गुलामी गल्लां होईयां सी, कागजी पत्री किसी नूं कोई सिंबल अलॉट नहीं होया सी,
ਉਹ ਕਹਿਤਾ ਸੀ ਵੀ ਬਾਈ ਤੇਰਾ ਫਲਾਨਾ ਤੇਰਾ ਫਲਾਨਾ ਤੇਰਾ ਫਲਾਨਾ ਲਿਸਟ ਹਜੇ ਉੱਥੇ ਜਿੰਨਾ ਚਿਰ ਭਾਈ ਸਾਹਿਬ ਆਪਾਂ ਲਿਸਟ ਨਹੀਂ ਲਾਉਂਦੇ ਉਹਨਾਂ ਦੇ ਸਿੰਬਲ ਕਾਹਦੇ ਆ ਜੀ ਉਹ ਜਦੋਂ ਜਿਨ੍ਹਾਂ ਨੇ ਵਾਪਸ ਲਏ ਉਹਨਾਂ ਨੂੰ ਕੱਢ ਕੇ ਉਹਨਾਂ ਨੇ ਲਿਸਟ ਲਾਤੀ ਉਹਦੇ 'ਚ ਰੌਲਾ ਪੈ ਗਿਆ ਸਰ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਜਦੋਂ ਨੋਮੀਨੇਸ਼ਨ ਫਾਈਲ ਕਰ ਰਹੇ ਸੀ ਇੱਕ ਇੱਕ ਫਾਰਮ ਪਹਿਲੇ ਬਾਅਦ ਸਾਈਨ ਕਰਾ ਲਿਆ ਉਹੀ ਫਾਰਮ ਕਹਿਦਾ ਵੀ ਇੱਦਾਂ ਕਾਗਜ਼ ਵਾਪਸ ਲਈ ਜਾਂਦੇ ਸਚਾਈ ਹੈ ਨਾ ਕਾਗਜ਼ ਸਾਰੇ ਬੰਦਿਆਂ ਨੇ ਆਪਦੇ ਵਕੀਲ ਸਾਹਿਬਾਂ ਤੋਂ ਸਾਈਨ ਕਰਵਾ ਕੇ ਉੱਥੇ ਜਮ੍ਹਾਂ ਕਰਾ ਕੇ ਆਏ ਆ ਸਾਡੇ ਬੰਦੇ ਨੇ ਜਾਂ ਕਿਸੇ ਆਫਿਸਰ ਸਾਹਿਬਾਨ ਨੇ ਕਿਸੇ ਨੇ ਸਾਈਨ ਨਹੀਂ ਕਰਵਾਏ ਇਹ ਆਪ ਹੀ ਸਾਈਨ ਕਰਕੇ ਦੇ ਤੁਹਾਨੂੰ ਮੈਂ ਦੱਸਿਆ ਤਾਂ ਹੈ ਭਾਈ ਸਾਹਿਬ ਪੰਜ ਸੱਤ ਬੰਦੇ ਤਾਂ ਇਹੋ ਜਿਹੇ ਆ ਜਿਹੜੇ ਮੈਨੂੰ ਖੁਦ ਆ ਕੇ ਕਹਿ ਕੇ ਗਏ ਆ ਵੀ ਅਸੀਂ ਭਾਈ ਸਾਹਿਬ ਵਾਪਸ ਲਵਾਂਗੇ ਵੀ ਸਾਡੀ ਗੱਲ ਦਾ ਗੁੱਸਾ ਨਾ ਕਰੋ ਤੁਹਾਡੇ ਨਾਲ ਹਾਂ ਠੀਕ ਆ ਵੀ ਸਾਨੂੰ ਡਰਾਮਾ ਵੀ ਕਰਨਾ ਪੈਣਾ ਸਾਨੂੰ ਨਾਲ ਵੀ ਬਹਿਣਾ ਪੈਣਾ ਉਹ ਬੈਠੀ ਜਾਂਦੇ ਆ ਜੀ ਅੱਛਾ ਮਨਪ੍ਰੀਤ ਦਾ ਬੜਾ ਇੰਟਰਸਟਿੰਗ ਹੈ ਸਵਾਲ ਸੀਗਾ ਕਹਿੰਦੇ ਵੀ ਗਿੱਦੜਤ ਦੇ ਲੋਕਾਂ ਨੂੰ ਰਾਜੇ ਵੜਿੰਗ ਨਹੀਂ ਬਚਾਉਣਾ ਡਿੰਪੀ ਤੇ ਸੰਨੀ ਤੋਂ ਤੇ ਡਿੰਪੀ ਤੇ ਸੰਨੀ ਨੂੰ ਸ਼ੇਰ ਸਮਝਦੇ ਗਿੱਦੜਵਾ ਦੇ ਲੋਕ ਭਾਈ ਸਾਹਿਬ ਇਹ ਤਾਂ ਹੁਣ ਤੁਹਾਨੂੰ ਪਤਾ ਵੀ ਅਸੀਂ ਕਿੰਨੇ ਕੁ ਗੁੰਡੇ ਆ 2013 ਦੇ ਵਿੱਚ ਮੈਂ ਇਸ ਹਲਕੇ ਦਾ ਇੰਚਾਰਜ ਬਣਿਆ ਸੀ ਜੀ ਜਦੋਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਦੀ ਸੇਵਾ ਦਿੱਤੀ ਸੀ ਇੱਕ ਵੀ ਸਾਬਤ ਕਰ ਦਿਓ ਪੂਰੇ ਹਲਕੇ 'ਚ ਕਿਸੇ ਦੇ ਕੋਈ ਪਲੋਟ 'ਤੇ ਕਬਜ਼ਾ ਹੋਇਆ ਹੋਵੇ ਕਿਸੇ ਦੀ ਕੋਈ ਜ਼ਮੀਨ 'ਤੇ ਉਨੇਕੀ ਹੋਈ ਹੋਵੇ ਕਿਸੇ 'ਤੇ ਕੋਈ ਨਜਾਇਜ਼ ਪਰਚਾ ਹੋਇਆ ਹੋਵੇ ਕਿਸੇ ਦਾ ਕੋਈ ਕਾਰੋਬਾਰ ਨੂੰ ਆਪਣਾ ਇਫੈਕਟ ਕੀਤਾ ਹੋਵੇ ਸਾਰੀਆਂ ਪੰਚਾਇਤੀ ਚੋਣਾਂ ਅਪ ਟੂ ਡੇਟ ਹੋਈਆਂ ਸੀ ਤੁਸੀਂ ਸਾਰੇ ਇਸ ਗੱਲ ਦਾ ਗਵਾਹ ਹੋ ਸਾਰੀਆਂ ਬਲੋਕ ਸਮਤੀ ਸਾਰੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਸਾਰੀਆਂ ਕਰਾਈਆਂ ਸੀ ਔਰ ਸਾਰੀਆਂ ਜਿੱਤੀਆਂ ਸੀ ਇੱਕ ਵੀ ਨਹੀਂ ਅਸੀਂ ਛੱਡੀ ਸੀ ਵੀ ਜਿਹੜੀ ਅਸੀਂ ਕੋਈ 1921 ਕੀਤੀ ਹੋਵੇ ਹੁਣ ਤੁਸੀਂ ਸਵਾਲ ਕੀਤਾ ਅਤੇ ਹੁਣ ਆਹ ਵੀ ਸੁਣ ਲਓ ਜੀ ਮੇਰੇ ਕੋਲ ਇੱਕ ਲਿਸਟ ਪਈ ਆ ਜਿਹੜੀ 19 ਦੇ ਵਿੱਚ ਜਦੋਂ ਸਰਪੰਚਾਂ ਦੀਆਂ ਅਤੇ ਬਲੋਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਮੇਰੇ 'ਤੇ ਹਜੇ 3 ਪਰਚੇ ਚੱਲੀ ਜਾਂਦੇ ਭਾਈ ਸਾਹਿਬ ਇਸੇ ਗੱਲ ਵਿੱਚ ਹਜੇ ਵੀ ਮੈਂ ਤਰੀਕਾਂ ਭੁਗਤ ਰਿਹਾ ਸੁਣੋ ਆਸਾ ਬੁੱਟਰ ਦੇ ਵਿੱਚ ਕਾਗਜ਼ ਰੱਦ ਕੀਤੇ ਅਗਲੀ ਗੱਲ ਵਾਦੀਆਂ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਸਾਡੇ ਅਸੀਂ ਸਰਪੰਚ ਟਾਏ ਸੀ ਰਾਤ ਨੂੰ ਦਬਾਅ ਪਾ ਕੇ ਆ ਕੇ ਜ਼ਬਰਦਸਤੀ ਬਿਠਾ ਕੇ ਗਏ ਰੱਦ ਕਰਵਾਈ ਸੀ ਜਿਨ੍ਹਾਂ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਜੀ ਤੇ ਰਾਜਾ ਵੜਿੰਗ ਜੀ ਤਾਂ ਕਹਿੰਦੇ ਮੈਂ ਕਦੇ ਕਿਸੇ ਨਾਲ ਕੋਈ ਟੱਕਰ ਨਹੀਂ ਸਰ ਤੁਸੀਂ ਪੁੱਛ ਸਕਦੇ ਜਾ ਕੇ ਜੀ ਤੁਸੀਂ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਓ ਮੈਂ ਤਾਂ ਸ਼ਰੇਆਮ ਨਾਮ ਲੈ ਰਿਹਾ ਜੀ ਜਿੱਥੇ ਹੋਏ ਨਹੀਂ ਇਲੈਕਸ਼ਨ ਅਗਲੀ ਗੱਲ ਜੀ ਭੁੰਦੜ ਪੁੱਛ ਲਓ ਜਮਾਂ ਸ਼ਰੇਆਮ ਧੱਕੇ ਨਾਲ ਆਪਦੇ ਕਾਗਜ਼ ਇਕੱਲਿਆਂ ਦੇ ਰੱਖ ਕੇ ਐਂ ਡੰਡੇ ਨਾਲ ਸਰਪੰਚ ਬਣੇ ਦੋਨਾਂ ਨੇ ਰਲ ਕੇ ਬਾਊ ਨੂੰ ਬਣਾਇਆ ਅਤੇ ਰਾਜੂ ਦੀ ਬਲੀ ਦਿੱਤੀ ਇਸ ਗੱਲ ਦਾ ਸਾਰਾ ਕੋਰਟ ਪਈ ਗਵਾਹ ਸਾਰਾ ਪਿੰਡ ਇੱਕ ਪਾਸੇ ਸੀ ਅਤੇ ਜਿੱਤ ਬਾਬੂ ਗਿਆ ਉੱਥੇ ਕੀ ਹੋਇਆ ਸੀ ਸਾਲਾ ਆਪਣਾ ਚਲੋ ਸਾਡਾ ਤਾਂ ਕੋਈ ਬੰਦਾ ਹੀ ਨਹੀਂ ਸੀ ਉੱਥੇ ਦੋਨੇ ਇਹਨਾਂ ਦੇ ਸੀ ਉਹ ਵਿਚਾਰਾ ਪਿੱਟ ਪਿੱਟ ਕੇ ਕਮਲਾ ਹੋ ਗਿਆ ਸੀ ਰਾਜੂ ਉਹਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਉਦੋਂ ਬਾਅਦ ਅਗਲੇ ਸੁਣ ਲਓ ਜੀ ਕੋਠੇ ਚੀਦਿਆਂ ਵਾਲੀ ਉੱਥੇ ਵੀ ਇਹੀ ਕੁਛ ਹੋਇਆ ਕਾਗਜ਼ ਹੀ ਨਹੀਂ ਭਰਨ ਦਿੱਤੇ ਜੀ ਫਿਰ ਕੋਠੇ ਕੇਸਰ ਸਿੰਘ ਆਪਣਾ ਸਿੰਘ ਵਾਲੇ ਆ ਉੱਥੇ ਕਾਗਜ਼ ਰੱਦ ਕਰਵਾਏ ਲੁਹਾਰੇ ਪਿੰਡ ਦੇ ਵਿੱਚ ਕਿਸੇ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਉਦੋਂ ਬਾਅਦ ਆ ਗਿਆ ਜੀ ਮਦੀਰ ਉਹਦੀ ਵਿਚਾਰੇ ਦੀ ਡੈਥ ਹੋ ਗਈ ਹੁਣ ਆਪਣਾ ਗੁਰਸ਼ੇਰ ਦੀ ਸ਼ਰੇਆਮ ਧੱਕੇ ਨਾਲ ਉਹਨੂੰ ਬਣਾਇਆ ਮਤਲਬ ਕਿ ਇੰਨੇ ਪਿੰਡਾਂ ਦੀ ਤਾਂ ਲਿਸਟ ਆ ਮੇਰੇ ਕੋਲ ਜੀ ਫਿਰ ਤੁਸੀਂ ਮੱਲਣ ਲਾ ਲਓ ਸ਼ਰੇਆਮ ਧੱਕੇਸ਼ਾਹੀ ਕਰਕੇ ਇਹਨਾਂ ਨੇ ਸਰਪੰਚ ਬਣਾਇਆ ਸਾਹਿਬ ਚੰਦ ਲਾ ਲਓ ਸਾਰੇ ਕਾਗਜ਼ ਰੱਦ ਇੰਨੇ ਪਿੰਡਾਂ ਦੀ ਤੁਹਾਨੂੰ ਮੈਂ ਭਾਈ ਸਾਹਿਬ ਲਿਸਟ ਦੇਤੀ ਅਤੇ ਉਦੋਂ ਬਾਅਦ ਜਦੋਂ ਇੱਥੇ ਗਿਣਤੀ ਹੋਈ ਆ ਉਦੋਂ ਤੁਸੀਂ ਸਾਰੇ ਗਿਣਤੀ ਦੇ ਵਿੱਚ ਸੀ ਅਤੇ ਜਿਹੜੇ ਉਦੋਂ ਦੇ SHO ਸਾਹਿਬ ਸੀ ਤੁਹਾਨੂੰ ਪਤਾ ਹੀ ਸੀ ਵੀ ਉਹ ਕੀ ਲੈਂਗੁਏਜ ਯੂਜ਼ ਕਰਕੇ ਉਹਨਾਂ ਨੇ ਬੰਦੇ ਸਾਡੇ ਭਜਾਏ ਸੀ ਅਸੀਂ ਤਾਂ ਫਿਰ ਨਹੀਂ ਗੁੱਸਾ ਕੀਤਾ ਵੀ ਠੀਕ ਆ ਜੀ ਸਰਕਾਰ ਆ ਅਤੇ ਹੁਣ ਆਪਦਾ ਦੜ ਵੱਟੋ ਕਿਉਂਕਿ ਅਸੀਂ ਤਾਂ ਉਦੋਂ ਅੰਦਰ ਬੈਠੇ ਸੀ ਢਿੱਲੋਂ ਸਾਹਿਬ ਇਹ ਤਾਂ ਨਹੀਂ ਵੀ ਪਿਛਲੇ ਰਾਜ ਭਾਗ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੜਿੰਗ ਸਾਹਿਬ ਨੇ ਧੱਕੇ ਨਾਲ ਕੰਮ ਕੀਤੇ ਸੀਗੇ ਉਹਦਾ ਵਾਰੀ ਦਾ ਬਦਲਾ ਤਾਂ ਨਹੀਂ ਤੁਸੀਂ ਲੈ ਰਹੇ ਜੀ ਸਰ ਮੈਨੂੰ ਐਂ ਦੱਸੋ ਜੀ ਕਿਤੇ ਕੋਈ ਲੜਾਈ ਹੋਈ ਹੈ ਦੱਸੋ ਕਿਤੇ ਕੋਈ ਪਰਚਾ ਨਹੀਂ ਸਰ ਅਸੀਂ ਕਿਰਾਏ ਨਹੀਂ ਤੁਸੀਂ ਰੱਦ ਕਰਾਏ ਕਿਵੇਂ ਤੁਸੀਂ ਹੋ ਜਿੰਦਰ ਨਹੀਂ ਸਰ ਜਿੰਦਰ ਸਾਹਿਬ ਦੇਖੋ ਮੇਰੀ ਬੇਨਤੀ ਸੁਣੋ ਜੇ ਅਸੀਂ ਕਾਗਜ਼ ਰੱਦ ਕਰਾਏ ਹੁੰਦੇ ਸਰ ਫਿਰ ਅਸੀਂ ਇਹਨਾਂ ਨੂੰ ਭਰਨੇ ਨਹੀਂ ਦਿੰਦੇ ਸੀ ਅਸੀਂ ਪਹਿਲੇ ਦਿਨ ਹੀ ਕਰਾ ਦਿੰਦੇ ਰੱਦ ਜਿਹਦੇ ਕਰਾਉਣੇ ਸੀ ਕਾਗਜ਼ ਅਸੀਂ ਰੱਦ ਨਹੀਂ ਕਰਾਏ ਮੈਂ ਵਾਪਸ ਤੁਹਾਨੂੰ ਵਾਰੀ ਵਾਰੀ ਇਹ ਗੱਲ ਕਹਿ ਰਿਹਾ ਇਲੈਕਸ਼ਨ ਕਮਿਸ਼ਨਰ ਕੋਲ ਜਾ ਕੇ ਤੁਸੀਂ ਪਟੀਸ਼ਨ ਪਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਪਾਓ ਚਲੋ ਤੁਸੀਂ ਆਪ ਤਾਂ ਵਾਪਸ ਲੈ ਰਹੇ ਹੋ ਜੀ ਅਸੀਂ ਰੱਦ ਕਿਵੇਂ ਕਰਾ ਦਾਂਗੇ ਅੱਛਾ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਕਹਿੰਦੇ ਸੀ ਹਾਈ ਕੋਰਟ ਖਿੱਚਾਂਗੇ ਤੇ ਸਾਡੇ ਵੱਲ ਨਹੀਂ ਤਾਂ ਉਦੋਂ ਗਾਂ ਜਾਵਣ ਸੁਪਰੀਮ ਕੋਰਟ ਸਾਨੂੰ ਕੀ ਹੈ ਜੀ ਉਹਨਾਂ ਦਾ ਰਾਈਟ ਆ ਜਾਉਣ ਜਿਹੜਾ ਜਿਹੜਾ ਬੰਦਾ ਭਾਈ ਸਾਹਿਬ ਕਾਗਜ਼ ਵਾਪਸ ਲੈ ਗਿਆ ਆਪ ਵਾਪਸ ਲੈ ਗਿਆ ਉਹਦੇ ਸਾਡਾ ਕੀ ਆਪਾਂ ਆਪਣਾ ਦੱਸੋ ਕੀ ਲੈਣਾ ਦੇਣਾ ਐਕਚੁਅਲ ਦੇ ਵਿੱਚ 39 ਕਿਹਾ ਜਾ ਰਿਹਾ ਜਿਸ ਤਰੀਕੇ ਨਾਲ ਕਹਿੰਦੇ ਵੀ ਧੱਕੇ ਨਾਲ ਕਿੰਨੇ ਹੈਗੇ ਕਿੰਨੇ ਜਿਹੜੇ ਤੁਹਾਡੇ ਕੋਲੇ ਲਿਸਟ ਨਹੀਂ ਮੇਰੇ ਹਿਸਾਬ ਨਾਲ ਤਾਂ 10-11 ਹੋਣਗੇ ਜੀ ਆ 5-6 ਤਾਂ ਭਾਈ ਸਾਹਿਬ ਤੁਹਾਨੂੰ ਮੈਂ ਆਪਣਾ ਗਿਣਾ ਹੀ ਦਿੱਤੀਆਂ ਜਿਹੜੀਆਂ ਸਰਬਸੰਮਤੀਆਂ ਹੋਈਆਂ ਇਹ ਉਹਨਾਂ ਨੂੰ ਵਿੱਚ ਦੱਬੀ ਆਉਂਦੇ ਤੁਸੀਂ ਐਂ ਕਰਿਓ
मैं थोनू अपने नेड़े किड़े आ रखाला पिंड अपने नेड़े आ कोठे कोठ नहीं नहीं मदीर नहीं हुई जी कोठे दशमेश नगर थोड़े नेड़े आ लो दोने पिंड जाके ये पूछ लो भी मेरी कोई इंटरफेरेंस सी मैं उत्थे सर्वसम्मति कराई या कोई प्रैशर पिया थोनू एक बंदा कह दे भी मैं इत्थे दोने पिंड सर्वसम्मति कराई आ अपना कोठे सुरगापुरी आ ले मैं थोनू ओपनली प्रैस के अनाउंस करदा जे ये तीन पिंड चो कोई कह दे भी मेरा दबा सी मैं सियासत ही छड़ दूंगा ਚਲੋ ਸਾਹਿਬ ਆਪਦੇ ਵਿਰੋਧੀ ਹੁੰਦੇ ਜਾ ਰਹੇ ਆ ਦੋ ਬੰਦਿਆਂ ਦੀ ਗੱਲ ਸ਼ਰਮੇ ਦੀ ਅਤੇ ਉੱਤੇ ਕੌਣੀ ਦੀ ਕਿਵੇਂ ਕਰ ਪਾਓਗੇ ਅੱਗੇ ਜਿਮਨੀ ਚੋਣ ਆ ਗਈ ਹੈ ਲੱਗਦਾ ਵੀ ਨਾਲ ਰਲਾਉਣਾ ਚਾਹੀਦਾ ਸ਼ਰਮਾ ਜੀ ਦੀ ਦੇਖੋ ਸ਼ਰਮਾ ਜੀ ਸਾਨੂੰ ਤਾਂ ਕਿਵੇਂ ਦੇਖਦੇ ਹੋ ਦੇਖੋ ਤੁਹਾਨੂੰ ਮੈਂ ਦੱਸਦਾ ਐਕਚੁਅਲ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਕੁਛ ਕਰਾਇਆ ਹੀ ਨਹੀਂ ਇਹਨਾਂ ਨੇ ਆਪਦੀ ਆਪ ਹੀ ਕੀਤਾ ਜੋ ਵੀ ਕੀਤਾ ਹੁਣ ਵਿਰੋਧੀ ਜਿਹੜੇ ਹੋ ਰਹੇ ਆ ਜਿਹਦੀ ਥਾਲੀ 'ਚੋਂ ਭਾਈ ਸਾਹਿਬ ਰੋਟੀ ਜਾਊਗੀ ਅਗਲਾ ਫਿਰ ਗੁੱਸੇ ਤਾਂ ਥੋੜ੍ਹਾ ਬਹੁਤਾ ਹੋਊਗਾ ਐਡਜਸਟ ਤਾਂ ਤੁਹਾਨੂੰ ਕਰਨਾ ਪੈਣਾ ਇਹ ਲੀਡਰ ਹਮੇਸ਼ਾ ਹਲਕੇ ਦੇ ਵਿੱਚ ਇੱਕੋ ਹੀ ਹੁੰਦਾ ਜੀ ਪਹਿਲਾਂ ਆਪਣਾ ਸੁਖਜਿੰਦਰ ਕੌਣੀ ਜੀ ਸੀ ਸੁਖਜਿੰਦਰ ਕੌਣੀ ਜੀ ਦੀ ਤਾਂ ਉਹਨਾਂ ਦੀ ਆਪਸ ਮੇਂ ਆਏ ਰਹੀ ਆ ਓਪਨਲੀ ਕਹਿਣਾ ਮੈਂ ਤੁਹਾਨੂੰ ਕਿਉਂ ਕਿਉਂਕਿ ਉਹਨਾਂ ਦੇ ਉੱਤੇ ਸ਼ਰਮਾ ਜੀ ਲੀਡਰ ਲਾ ਕੇ ਸੀ ਉਹਨਾਂ ਦੀ ਬੰਨ ਵੱਟ ਗਈ ਹੁਣ ਉਹਨਾਂ ਦੋਨਾਂ ਦੇ ਉੱਤੇ ਉਹਨਾਂ ਨੂੰ ਲੱਗਦਾ ਵੀ ਮੈਨੂੰ ਲੀਡਰ ਲਾਤਾ ਹਾਲਾਂਕਿ ਮੈਂ ਅੱਜ ਵੀ ਤੁਹਾਨੂੰ ਓਪਨਲੀ ਕਹਿਣਾ ਵੀ ਦੇਖੋ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਮੈਂ ਇਸ ਕਰਕੇ ਨਹੀਂ ਕੀਤੀ ਕਿ ਮੈਨੂੰ ਇੱਥੇ ਟਿਕਟ ਮਿਲੂਗੀ ਜਾਂ ਮੈਂ ਇਲੈਕਸ਼ਨ ਲੜੂੰਗਾ ਮੈਂ ਅੱਜ ਵੀ ਓਪਨਲੀ ਕਹਿਣਾ ਮੈਂ ਆਮ ਆਦਮੀ ਪਾਰਟੀ ਮੈਨੂੰ ਚੰਗੀ ਲੱਗੀ ਅਸੂਲ ਇਹਨਾਂ ਦੇ ਸਿਸਟਮ ਮੈਨੂੰ ਵਧੀਆ ਲੱਗਿਆ ਮੈਂ ਤਾਂ ਜੁਆਇਨ ਕੀਤੀ ਆ ਮਾਨ ਸਾਹਿਬ ਦੀ ਪ੍ਰੇਰਣਾ ਸਦਕਾ ਮੈਂ ਜੁਆਇਨ ਕੀਤੀ ਆ ਅਤੇ ਮੈਨੂੰ ਟਿਕਟ ਨਾਲ ਕੋਈ ਮਤਲਬ ਨਹੀਂ ਜੇ ਮੈਨੂੰ ਟਿਕਟ ਨਹੀਂ ਵੀ ਮਿਲਦੀ ਜਿਹਨੂੰ ਵੀ ਪਾਰਟੀ ਟਿਕਟ ਦਿੰਦੀ ਆ ਮੈਂ ਅੱਜ ਓਪਨਲੀ ਤੁਹਾਨੂੰ ਕਹਿਣਾ ਮੈਂ ਉਹਦੀ ਠੋਕ ਕੇ ਮਦਦ ਕਰੂੰਗਾ ਮੈਂ ਤਾਂ ਦੋਨੇ ਇੱਥੇ ਤਿਆਰ ਹਾਂ ਸਰ ਦੇਖੋ ਪਾਰਟੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਮੇਰੇ ਨਾਲ ਲੱਗੋ ਮੈਂ ਕਹਿੰਦਾ ਪਾਰਟੀ ਨਾਲ ਗਦਾਰੀ ਨਾ ਕਰੋ ਪਾਰਟੀ ਦੇ ਨਾਲ ਸੰਸੀਅਰਲੀ ਚੱਲੋ ਮੈਂ ਤੁਹਾਡੇ ਨਾਲ ਹਾਂ ਤੁਹਾਨੂੰ ਪਾਰਟੀ ਟਿਕਟ ਦੇ ਦਿੰਦੀ ਆ ਮੈਂ ਓਪਨਲੀ ਅਨਾਊਂਸ ਕਰਦਾ ਚਾਹੇ ਪਾਰਟੀ ਟਿਕਟ ਆਪਣਾ ਸੁਖਜਿੰਦਰ ਕੌਣੀ ਨੂੰ ਦੇ ਦੇ ਚਾਹੇ ਪਾਰਟੀ ਟਿਕਟ ਆਪਣਾ ਸ਼ਰਮਾ ਜੀ ਨੂੰ ਦੇ ਦੇ ਮੈਂ ਠੋਕ ਕੇ ਮਦਦ ਕਰੂੰਗਾ ਅੱਗੇ ਲੱਗ ਕੇ ਚੱਲੂੰਗਾ ਮੈਂ ਸਮਝਿਆ ਨਹੀਂ ਥੋੜ੍ਹੀ ਗੱਲ ਜਿਸ ਤਰ੍ਹਾਂ ਹੁਣ ਚੋਣ ਆਈ ਹੈ ਤੁਸੀਂ ਕਹਿੰਦੇ ਹੋ ਵੀ ਉਹ ਅਲੱਗ ਚੱਲ ਰਹੇ ਆ ਕਿ ਪਾਰਟੀ ਡਿਸਪਲਿਨ ਨਹੀਂ ਕੰਮ ਕਰ ਰਿਹਾ ਇਹ ਸਵਾਲ ਭਾਈ ਸਾਹਿਬ ਉਹਨਾਂ ਦਾ ਉਹਨਾਂ ਨੂੰ ਪੁੱਛੋ ਮੈਂ ਤਾਂ ਡਿਸਪਲਿਨ 'ਚ ਹੀ ਚੱਲ ਰਿਹਾ ਇਹ ਸਵਾਲ ਮੇਰਾ ਨਹੀਂ ਨਾ ਇਹ ਸਵਾਲ ਉਹਨਾਂ ਦਾ ਉਹਨਾਂ ਨੂੰ ਪੁੱਛੋ ਉੱਪਰ ਤਾਂ ਕਹਿਣਾ ਦੱਸੋਗੇ ਕਿ ਨਹੀਂ ਕਹਿੰਦੇ ਤਾਂ ਉਹਨੂੰ ਪਤਾ ਸਰ ਸਾਰਾ ਉਹਨੂੰ ਸਾਰਾ ਪਤਾ ਇਹ ਜਿਹੜੇ ਮੇਰੇ 'ਤੇ ਐਲੀਗੇਸ਼ਨ ਲਾ ਰਹੇ ਅਤੇ ਬੰਦੇ ਠਾਏ ਜਾ ਰਹੇ ਇਹ ਸਭ ਪਲੈਨਡ ਆ ਜੀ ਐਕਚੁਅਲ ਦੇ ਵਿੱਚ ਕੀ ਆ ਕਿ ਬੰਦੇ ਪਲਾਂਟ ਕੀਤੇ ਹੋਏ ਆ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੇ ਇਹਨਾਂ 'ਚ ਕੀਤੇ ਹੋਏ ਆ ਉਹੀ ਆਪਣੇ ਲਾਲਾ ਲਾਲਾ ਕਰੀ ਜਾਂਦੇ ਆ ਤੁਸੀਂ ਮੈਨੂੰ ਐਂ ਦੱਸੋ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਸੰਸੀਅਰ ਵਰਕਰ ਹੈ ਇੱਕ ਵੀ ਹੈ ਨਹੀਂ ਛੋਟੇ ਵੀਰ ਨੂੰ ਆਪਣੇ ਕਾਂਗਰਸ ਦੇ ਅੱਜ ਕੱਲ੍ਹ ਦੇ ਐਮ ਪੀ ਆ ਇਹਨਾਂ ਨੂੰ ਪੁੱਛੋ ਇਸ ਗੱਲ ਦੇ ਤਾਂ ਤੁਸੀਂ ਆਪ ਗਵਾਹ ਹੋ ਜੀ ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਕੀ ਹੋਇਆ ਸੀ ਜੀ ਉਹਦੇ 'ਚ ਉਹਦੇ ਵਿੱਚ ਵੀ ਕਹਿੰਦੇ ਸੀ ਜੀ ਅਕਾਲੀ ਦਲ ਦੇ ਕਈ ਆਪਣਾ ਜਿਹੜੇ ਐਮ ਸੀ ਸੀ ਉਹਨਾਂ ਨੇ ਵਾਪਸ ਲੈ ਲਏ ਜਦੋਂ ਕਿ ਉਹ ਕਹਿ ਰਹੇ ਸੀ ਐਮ ਸੀ ਕਹਿ ਰਹੇ ਸੀ ਵੀ ਅਸੀਂ ਕਾਗਜ਼ ਵਾਪਸ ਨਹੀਂ ਲਿੱਤੇ ਕਿਹਾ ਸੀ ਨਾ ਹਾਂਜੀ ਅਸੀਂ ਉਹ ਚੁੱਪ ਕਰਕੇ ਘਰੇ ਬਹਿ ਗਏ ਸੀ ਬਹਿ ਗਏ ਸੀ ਨਾ ਫਿਰ ਉਹ ਬਹਿ ਜਾਣ ਚੁੱਪ ਕਰਕੇ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਮੈਂ ਵੀ ਤੈਨੂੰ ਇਹੀ ਕਹਿਣਾ ਮੈਂ ਵੀ ਫਿਰ ਭਾਈ ਸਾਹਿਬ ਕਾਗਜ਼ ਤਾਂ ਕੋਈ ਵੀ ਵਾਪਸ ਲੈ ਸਕਦਾ ਨਾ ਨਹੀਂ ਅਸੀਂ ਚੁੱਪ ਕਰਕੇ ਘਰ ਹੀ ਬੈਠੇ ਸੀ ਨਾ ਜੀ ਫਿਰ ਮੈਂ ਤਾਂ ਇਹੀ ਪੁੱਛਣਾ ਵੀ ਹੁਣ ਕਿਉਂ ਸੜਕ ਤੇ ਪਏ ਹੋ ਭਾਈ ਸਾਹਿਬ ਸਾਡੇ ਵੀ ਤਾਂ ਆਰਾਮ ਨਾਲ ਚੁੱਪ ਕਰਕੇ ਘਰ ਨੂੰ ਜਾ ਰਹੇ ਸੀ ਬਿਲਕੁਲ ਕਰਨਾ ਚਾਹੀਦਾ ਜੀ ਮੈਂ ਤਾਂ ਕਹਿਣਾ ਉਹ ਕਰਨ ਬਾਈ ਆਪਣਾ ਬਾਈਕਾਟ ਕਰਕੇ ਆਰਾਮ ਨਾਲ ਘਰੇ ਬੈਠਣ ਜੀ ਕਹਿ ਦੇਣ ਇਹ ਉਹਨਾਂ ਦਾ ਰਾਈਟ ਆ ਜੀ ਕਰਦੇ ਅੱਜ ਕਰ ਹੀ ਦਿੱਤਾ ਸੀ ਵੀ ਸਾਨੂੰ ਜਿੱਤਣ ਤਾਂ ਇਹਨਾਂ ਨੇ ਦੇਣਾ ਨੇ ਜੀ ਜੋ ਇੰਨਾ ਧੱਕਾ ਕਰੀ ਜਾਂਦੇ ਆ ਚੁੱਪ ਕਰਕੇ ਨਹੀਂ ਅਸੀਂ ਤਾਂ ਦੇਖੋ ਅਨਾਊ ਇਲੈਕਸ਼ਨ ਕਰਾਵਾਂਗੇ ਫਿਰ ਇਲੈਕਸ਼ਨ ਕਰਾਵਾਂਗੇ ਜਿਹਦੇ ਕੋਲ ਵੋਟ ਵੱਧ ਹੋਈ ਉਹ ਜਿੱਤੂਗਾ ਜਿਹਦੇ ਕੋਲ ਨਾ ਵੋਟ ਹੋਈ ਉਹ ਹਾਰ ਜੂਗਾ ਹੁਣ ਜਿਹੜੇ ਵਾਪਸ ਲੈ ਗਏ ਜੀ ਉਹਨਾਂ ਦਾ ਮੈਂ ਕਿਵੇਂ ਇਲੈਕਸ਼ਨ ਕਰਾਵਾਂ ਦੱਸੋ ਸੁਣੋ ਮੈਨੂੰ ਕਹਿਣਾ ਨਹੀਂ ਚਾਹੀਦਾ ਮੱਲਣ ਪਿੰਡ ਦੇ ਵਿੱਚ ਦਾਦੂਪੱਤੀ ਦੇ ਵਿੱਚ ਸਾਡਾ ਬੰਦਾ ਹੀ ਵਾਪਸ ਲੈ ਗਿਆ ਦੱਸੋ ਕੀ ਕਰੀਏ
ਚੁੱਪ ਕਰਕੇ ਸਾਈਨ ਕਰਿਆ ਆ, ਹੁਣ ਰੌਲਾ ਪਾਈ ਜਾਂਦਾ।